ਸਕਸੈਸ ਦਾ ਰਾਹ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੋਮਸ ਐਡੀਸਨ 3 ਮਹੀਨੇ ਦੀ ਸਕੂਲਿੰਗ, ਹੈਨਰੀ ਫੋਰਡ 6 ਮਹੀਨੇ ਦੀ ਸਕੂਲਿੰਗ, ਬਿਲ ਗੇਟਸ, ਮਾਰਕ ਜ਼ਕਰਬਰਗ, ਸਟੀਵ ਜੌਬਸ ਤਿੰਨੋਂ ਹੀ ਕਾਲਜ ਡ੍ਰੌਪ ਆਊਟ। ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਸਿਰਫ ਇਸ ਲਈ ਨਹੀਂ ਦੱਸ ਰਿਹਾ ਕਿਉਂਕਿ ਸਕੂਲ ਅਤੇ ਸਕਸੈਸ ਦਾ ਆਪਸ ਵਿੱਚ ਕੋਈ ਕਨੈਕਸ਼ਨ ਨਹੀਂ, ਸਗੋਂ ਇਸ ਲਈ ਵੀ ਦੱਸ ਰਿਹਾ ਹਾਂ ਕਿਉਂਕਿ ਸਾਡਾ ਸਕੂਲ ਸਿਸਟਮ ਕਦੋਂ ਦਾ ਐਕਸਪਾਇਰ ਹੋ ਚੁੱਕਿਆ ਹੈ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਇੱਦਾਂ ਦੇ ਸਟਰੋਂਗ ਰੀਜ਼ਨਸ ਦੱਸੂੰਗਾ ਕਿ ਕਿਉਂ ਸਾਡਾ ਐਜੂਕੇਸ਼ਨ ਸਿਸਟਮ ਸਾਡੇ ਬੱਚਿਆਂ ਨੂੰ ਸਕਸੈਸਫੁਲ ਨਹੀਂ ਸਗੋਂ ਕਿ ਫੇਲੀਅਰ ਬਣਾਈ ਜਾਂਦਾ ਹੈ। ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਨਜ਼ਰੀਆ ਵੀ ਪੂਰੀ ਤਰ੍ਹਾਂ ਚੇਂਜ ਹੋ ਜਾਊਗਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਕਸੈਸ ਅਤੇ ਲਾਈਫ ਚੇਂਜਿੰਗ ਲੈਸਨਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਦਿਓ। ਐਲਬਰਟ ਆਇਨਸਟਾਈਨ ਦਾ ਕਹਿਣਾ ਸੀ ਕਿ ਹਰ ਇਨਸਾਨ ਕਿਸੇ ਨਾ ਕਿਸੇ ਫੀਲਡ ਵਿੱਚ ਜੀਨੀਅਸ ਹੁੰਦਾ ਹੈ। ਜੇ ਆਪਾਂ ਮੱਛੀ ਨੂੰ ਪਾਣੀ ਵਿੱਚ ਛੱਡਦੇ ਹਾਂ ਤਾਂ ਉਹ ਬਹੁਤ ਤੇਜ਼ ਤੈਰਦੀ ਹੈ, ਅਤੇ ਜੇ ਅਸੀਂ ਉਸਨੂੰ ਕਿਸੇ ਰੁੱਖ 'ਤੇ ਚੜ੍ਹਨ ਲਈ ਕਹਾਂਗੇ ਤਾਂ ਉਹ ਆਪਣੇ ਆਪ ਨੂੰ ਪੂਰੀ ਜ਼ਿੰਦਗੀ ਨਾ ਕਾਮਯਾਬ ਅਤੇ ਸਟੂਪਿਡ ਹੀ ਸਮਝਦੀ ਰਹੂਗੀ। ਅਤੇ ਬਿਲਕੁਲ ਇਹੀ ਚੀਜ਼ ਸਾਡਾ ਐਜੂਕੇਸ਼ਨ ਸਿਸਟਮ ਸਾਡੇ ਬੱਚਿਆਂ ਨਾਲ ਕਰ ਰਿਹਾ ਹੈ। ਸਾਇੰਟਿਸਟ ਦੱਸਦੇ ਹੈ ਕਿ ਕੋਈ ਵੀ ਦੋ ਦਿਮਾਗ ਕਦੀ ਇੱਕੋ ਜਿਹੇ ਨਹੀਂ ਹੁੰਦੇ, ਸਾਡੇ ਸਭ ਦੇ ਚੋਇਸ, ਟ੍ਰੇਡਸ ਅਤੇ ਇੰਟਰਸਟ ਅੱਡ ਅੱਡ ਹੁੰਦੇ ਹੈ। ਬਟ ਸਾਡਾ ਸਕੂਲ ਸਿਸਟਮ ਤਾਂ ਹਰ ਬੱਚੇ ਨੂੰ ਬਸ ਸਾਇੰਸ ਜਾਂ ਮੈਥ ਵਿੱਚ ਹੀ ਮਾਸਟਰ ਬਣਾਉਣਾ ਚਾਹੁੰਦਾ ਹੈ, ਅਤੇ ਇਹ ਹੀ ਮੇਰਾ ਪਹਿਲਾ ਪੁਆਇੰਟ ਹੈ। ਸਕੂਲ ਡਜ਼ ਨੋਟ ਰਿਕੋਗਨਾਈਜ਼ ਰੀਅਲ ਲਾਈਫ ਟੈਲੈਂਟ। ਮੇ ਬੀ ਕਿਸੇ ਬੱਚੇ ਦਾ ਪੈਸ਼ਨ ਕ੍ਰਿਕਟ ਹੈ, ਮੰਨਿਆ ਕਿ ਉਹ ਮੈਥ ਦੇ ਕੰਪਲੈਕਸ ਸਮ ਸੋਲਵ ਨਹੀਂ ਕਰ ਸਕਦਾ, ਬਟ ਉਹ ਸ਼ਾਨਦਾਰ ਕ੍ਰਿਕਟਰ ਤਾਂ ਬਣ ਸਕਦਾ ਹੈ। ਹੋ ਸਕਦਾ ਹੈ ਕਿ ਕਿਸੇ ਨੂੰ ਮਿਊਜ਼ਿਕ ਨਾਲ ਪਿਆਰ ਹੋਵੇ, ਭਾਵੇਂ ਸਾਇੰਸ ਦੀਆਂ ਡਿਫੀਕਲਟ ਥਿਊਰੀਜ਼ ਉਹਦੀ ਸਮਝ ਵਿੱਚ ਨਹੀਂ ਆਉਂਦੀਆਂ, ਪਰ ਉਹ ਆਪਣੇ ਗੀਤਾਂ ਨਾਲ ਤਾਂ ਜਨਤਾ ਨੂੰ ਕ੍ਰੇਜ਼ੀ ਕਰ ਸਕਦਾ ਹੈ। ਬਟ ਅਨਫੋਰਚੁਨੇਟਲੀ ਸਕੂਲਸ ਅਤੇ ਕਾਲਜਸ ਬੱਚਿਆਂ ਦੇ ਰੀਅਲ ਲਾਈਫ ਟੈਲੈਂਟ ਨੂੰ ਪਛਾਣਦੇ ਹੀ ਨਹੀਂ, ਉਹ ਤਾਂ ਬਸ ਹਰ ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣ 'ਤੇ ਹੀ ਜ਼ੋਰ ਦਿੰਦੇ ਹੈ। ਬਟ ਹਰ ਕੋਈ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦਾ, ਜਿਵੇਂ ਕਿ ਹਰ ਕੋਈ ਸਿੰਗਰ ਜਾਂ ਕ੍ਰਿਕਟਰ ਨਹੀਂ ਬਣ ਸਕਦਾ। ਹਰ ਇੱਕ ਪਰਸਨ ਦੇ ਆਪਣੇ ਸਟਰੈਂਥ ਅਤੇ ਇਮੈਜਿਨ ਕਰੋ ਕਿ ਸਕੂਲ ਜੇ ਕੋਈ ਇੱਦਾਂ ਦੀ ਜਗ੍ਹਾ ਹੁੰਦੀ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਸਟਰੈਂਥ ਅਤੇ ਵੀਕਨੈਸ ਲੱਭਣ ਵਿੱਚ ਹੈਲਪ ਕੀਤੀ ਜਾਂਦੀ, ਜਿੱਥੇ ਜਾ ਕੇ ਬੱਚਿਆਂ ਨੂੰ ਆਪਣੇ ਪੈਸ਼ਨ ਅਤੇ ਟੈਲੈਂਟ ਬਾਰੇ ਪਤਾ ਲੱਗਦਾ। ਜੇ ਰੀਅਲ ਲਾਈਫ ਵਿੱਚ ਸਕੂਲ ਇੱਦਾਂ ਦੇ ਹੁੰਦੇ ਤਾਂ ਬਹੁਤ ਸਾਰੇ ਲੋਕ ਇੰਜੀਨੀਅਰ ਜਾਂ ਡਾਕਟਰ ਬਣਨ ਲਈ ਆਪਣੀ ਲਾਈਫ ਦੇ ਕਈ ਕੀਮਤੀ ਸਾਲ ਵੇਸਟ ਨਾ ਕਰਦੇ। ਇੰਡੀਆ ਵਰਲਡ ਵਿੱਚ ਸਭ ਤੋਂ ਜ਼ਿਆਦਾ ਇੰਜੀਨੀਅਰ ਪ੍ਰੋਡਿਊਸ ਕਰਨ ਵਾਲਾ ਦੇਸ਼ ਹੈ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਤਾਂ ਜੌਬ ਹੀ ਨਹੀਂ ਮਿਲਦੀ, ਬਿਕੋਜ਼ ਉਹ ਖਿੱਚ ਧੂ ਕੇ ਸਰਟੀਫਿਕੇਟ ਤਾਂ ਹਾਸਿਲ ਕਰ ਲੈਂਦੇ ਹੈ ਪਰ ਉਹਨਾਂ ਕੋਲ ਕੰਮ ਦੀ ਸਕਿੱਲ ਨਹੀਂ ਹੁੰਦੀ। ਅਤੇ ਇਹ ਸਕਿੱਲ ਆਉਂਦੀ ਵੀ ਕਿੱਥੋਂ? ਜਿਹੜੇ ਬੱਚੇ ਦਾ ਇੰਟਰਸਟ ਕ੍ਰਿਕਟ ਵਿੱਚ ਸੀ, ਜਿਸਨੇ ਛੱਕੇ ਚੌਕੇ ਲਾ ਕੇ ਦੇਸ਼ ਨੂੰ ਵਰਲਡ ਕੱਪ ਜਿਤਾਉਣਾ ਸੀ, ਉਸਨੂੰ ਹੁਣ ਮਜਬੂਰੀ ਵਿੱਚ ਕਿਸੇ ਡੈਸਕ 'ਤੇ ਬਹਿ ਕੇ ਕਿਸੇ ਕੰਪਨੀ ਲਈ ਅਸਾਈਨਮੈਂਟ ਤਿਆਰ ਕਰਨਾ ਪੈ ਰਿਹਾ ਹੈ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਸਾਡਾ ਐਜੂਕੇਸ਼ਨ ਸਿਸਟਮ ਐਕਸਪਾਇਰ ਹੋ ਚੁੱਕਿਆ ਹੈ। ਚਲੋ ਕੁਝ ਐਗਜ਼ਾਮਪਲ ਦੇਖਦੇ ਹਾਂ। ਇਹ ਹੈ 21ਵੀਂ ਸਦੀ ਦਾ ਫੋਨ ਅਤੇ ਇਹ ਹੈ ਅੱਜ ਤੋਂ 150 ਸਾਲ ਪੁਰਾਣਾ ਫੋਨ। ਦੋਨਾਂ ਵਿੱਚ ਕਿੰਨਾ ਜ਼ਬਰਦਸਤ ਡਿਫਰੈਂਸ ਹੈ। ਇਹ ਹੈ ਅੱਜ ਦੇ ਜ਼ਮਾਨੇ ਦੀ ਕਾਰ ਅਤੇ ਇਹ ਹੈ ਅੱਜ ਤੋਂ 150 ਸਾਲ ਪੁਰਾਣੀ ਕਾਰ। ਇਹਨਾਂ ਦੋਨਾਂ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਹੁਣ ਦੇਖਦੇ ਹਾਂ ਅੱਜ ਦੇ ਜ਼ਮਾਨੇ ਦਾ ਕਲਾਸਰੂਮ ਅਤੇ ਇਹ ਹੈ ਅੱਜ ਤੋਂ 200 ਸਾਲ ਪੁਰਾਣਾ ਕਲਾਸਰੂਮ। ਜਮ੍ਹਾਂ ਉਵੇਂ ਦਾ ਉਵੇਂ ਹੀ, ਦੋਨਾਂ ਵਿੱਚ ਕੋਈ ਚੇਂਜ ਨਹੀਂ। ਅੱਜ ਦੇ ਟਾਈਮ ਦੀ ਇਹ ਜ਼ਰੂਰੀ ਮੰਗ ਬਣ ਚੁੱਕੀ ਹੈ ਕਿ ਕਲਾਸਰੂਮ ਡਿਜੀਟਲ, ਚੀਪਰ ਅਤੇ ਆਟੋਮੈਟਿਡ ਹੋਣ। ਅੱਜ ਸਾਨੂੰ ਇੱਕ ਕਲਿੱਕ 'ਤੇ ਪੂਰੀ ਦੁਨੀਆ ਦੀ ਜਾਣਕਾਰੀ ਮਿਲ ਜਾਂਦੀ ਹੈ। ਪੂਰੀ ਦੁਨੀਆ ਡਿਜੀਟਲ ਹੋ ਰਹੀ ਹੈ। ਬਸ ਸਾਡੀ ਪਾਪੂਲੇਸ਼ਨ ਦਾ 20%, ਯਾਨੀ ਕਿ ਸਾਡੇ ਬੱਚੇ ਹੀ ਪਿੱਛੇ ਰਹਿ ਗਏ ਹਨ, ਜੋ ਕਿ ਸਾਡੀ ਕੰਟਰੀ ਦਾ 100% ਫਿਊਚਰ ਹਨ। ਸਾਇੰਸ ਅਤੇ ਟੈਕਨੋਲੋਜੀ ਹਰ ਦਿਨ ਅਪਡੇਟ ਅਤੇ ਐਡਵਾਂਸ ਹੋ ਰਹੀ ਹੈ, ਬਟ ਸਕੂਲ ਅਤੇ ਕਾਲਜਿਸ ਵਿੱਚ ਜਿਨ੍ਹਾਂ ਬੁੱਕਸ ਅਤੇ ਕੰਪਿਊਟਰਸ ਤੋਂ ਬੱਚਿਆਂ ਨੂੰ ਐਜੂਕੇਟ ਕੀਤਾ ਜਾ ਰਿਹਾ ਹੈ, ਉਹ ਪਿਛਲੇ 10-15 ਸਾਲਾਂ ਤੋਂ ਫੇਲੀਅਰ ਇਜ਼ ਬੈਡ। ਸਕੂਲ ਸਾਨੂੰ ਸਿਖਾਉਂਦੇ ਹੈ ਕਿ ਜ਼ਿੰਦਗੀ ਵਿੱਚ ਕਦੀ ਵੀ ਫੇਲ ਨਹੀਂ ਹੋਣਾ। ਜੇ ਤੁਸੀਂ ਸਕੂਲ ਵਿੱਚ ਚੰਗੇ ਗ੍ਰੇਡਸ ਲੈ ਕੇ ਆਉਂਦੇ ਹੋ ਤਾਂ ਤੁਸੀਂ ਗੁੱਡ ਬੋਏ ਹੋ, ਸਮਾਰਟ ਹੋ ਅਤੇ ਲਾਈਫ ਵਿੱਚ ਸਕਸੈਸਫੁਲ ਜ਼ਰੂਰ ਬਣੋਗੇ। ਬਟ ਜੇ ਤੁਸੀਂ ਸਕੂਲ ਵਿੱਚ ਐਵਰੇਜ ਜਾਂ ਵੀਕ ਹੋ ਤਾਂ ਤੁਸੀਂ ਬੈਡ ਬੋਏ ਹੋ, ਸਟੂਪਿਡ ਹੋ ਅਤੇ ਜ਼ਿੰਦਗੀ ਵਿੱਚ ਕਦੀ ਵੀ ਸਕਸੈਸਫੁਲ ਨਹੀਂ ਬਣ ਪਾਓਗੇ। ਅਤੇ ਨਿਆਣੀ ਉਮਰ ਵਿੱਚ ਉਸ ਟਾਈਮ ਸਾਨੂੰ ਜ਼ਿੰਦਗੀ ਦੀ ਇੰਨੀ ਸਮਝ ਨਹੀਂ ਹੁੰਦੀ ਅਤੇ ਵਾਰ ਵਾਰ ਸਕੂਲ ਵੱਲੋਂ ਫੇਲ ਨਾ ਹੋਣ ਦੀ ਗੱਲ ਰਿਪੀਟ ਹੋਣ 'ਤੇ ਇਹ ਬੱਚਿਆਂ ਦੇ ਸਬਕੌਨਸ਼ੀਅਸ ਮਾਈਂਡ ਵਿੱਚ ਬੈਠ ਜਾਂਦੀ ਹੈ ਅਤੇ ਫਿਰ ਉਹ ਪੂਰੀ ਜ਼ਿੰਦਗੀ ਕੰਫਰਟ ਜ਼ੋਨ ਵਿੱਚ ਰਹਿ ਕੇ ਹੀ ਕੋਈ ਜੌਬ ਕਰਨੀ ਪਸੰਦ ਕਰਦੇ ਹੈ, ਜਿੱਥੇ ਉਹਨਾਂ ਨੂੰ ਫੇਲ ਹੋਣ ਦਾ ਕੋਈ ਡਰ ਨਹੀਂ ਹੁੰਦਾ। ਇਸੇ ਲਈ ਹੀ ਸਾਡੇ ਦੇਸ਼ ਵਿੱਚ ਸਰਕਾਰੀ ਨੌਕਰੀਆਂ ਦੀ ਇੰਨੀ ਜ਼ਿਆਦਾ ਡਿਮਾਂਡ ਹੈ। ਇੱਕ ਵਾਰੀ ਜੁਆਇਨ ਕਰਨ ਤੋਂ ਬਾਅਦ ਨਾ ਤਾਂ ਸਕਿੱਲ ਨਾ ਹੋਣ ਦੀ ਟੈਨਸ਼ਨ ਅਤੇ ਨਾ ਹੀ ਫੇਲ ਹੋਣ ਦਾ ਕੋਈ। ਜਦਕਿ ਰੀਅਲ ਲਾਈਫ ਵਿੱਚ ਫੇਲੀਅਰ ਸਕਸੈਸ ਦਾ ਓਪੋਜ਼ਿਟ ਨਹੀਂ, ਸਗੋਂ ਸਕਸੈਸ ਦੀ ਬੈਕਬੋਨ ਹੁੰਦਾ ਹੈ।
ਕਿਸੇ ਵੀ ਫੀਲਡ ਵਿੱਚ ਸਾਨੂੰ ਸਕਸੈਸਫੁਲ ਹੋਣ ਲਈ ਪਹਿਲਾਂ ਉਸ ਫੀਲਡ ਵਿੱਚ ਕਈ ਵਾਰ ਫੇਲ ਹੋਣਾ ਪੈਂਦਾ ਹੈ ਅਤੇ ਫਿਰ ਜਾ ਕੇ ਅਸੀਂ ਉਸ ਫੀਲਡ ਦੇ ਐਕਸਪਰਟ ਬਣ ਸਕਦੇ ਹਾਂ। ਹਰ ਸਕਸੈਸ ਦੀ ਸਟੋਰੀ ਪਹਿਲਾਂ ਓਨੀ ਹੀ ਵੱਡੀ ਇੱਕ ਫੇਲੀਅਰ ਸਟੋਰੀ ਵੀ ਰਹੀ ਹੁੰਦੀ ਹੈ। ਤੇ ਜੇ ਤੁਸੀਂ ਹਾਈ ਅਚੀਵਰਸ ਦੀ ਸਕਸੈਸ ਤੋਂ ਪਹਿਲਾਂ ਦੀ ਫੇਲੀਅਰ ਸਟੋਰੀਜ਼ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਆਈ ਬਟਨ ਤੇ ਕਲਿੱਕ ਕਰਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ। ਸਕੂਲਸ ਆਰ ਵੇਸਟਿੰਗ ਟਾਈਮ ਔਨ ਮੈਨੀ ਯੂਜ਼ਲੈਸ ਲੈਸਨਸ। ਸਾਡਾ ਸਕੂਲ ਸਿਸਟਮ ਬਹੁਤ ਸਾਰੇ ਇੱਦਾਂ ਦੇ ਟੌਪਿਕਸ ਨੂੰ ਰੱਟੇ ਲਵਾਉਣ ਵਿੱਚ ਟਾਈਮ ਵੇਸਟ ਕਰਦਾ ਹੈ ਜੋ ਰੀਅਲ ਲਾਈਫ ਵਿੱਚ ਸ਼ਾਇਦ ਹੀ ਕਦੀ ਕਿਸੇ ਦੇ ਕੰਮ ਆਉਂਦੇ ਹੋਣ। ਸਕੂਲਸ ਵਿੱਚ ਸਾਨੂੰ ਰੀਅਲ ਲਾਈਫ ਵਿੱਚ ਕੰਮ ਆਉਣ ਵਾਲੀਆਂ ਸਕਿੱਲਸ ਜਿਵੇਂ ਪੈਸੇ ਨੂੰ ਕਿਵੇਂ ਮੈਨੇਜ ਕਰਨਾ ਹੈ, ਲੋਕਾਂ ਨਾਲ ਬੋਲਚਾਲ ਅਤੇ ਕਨੈਕਸ਼ਨਸ ਕਿਵੇਂ ਬਿਲਡ ਕਰਨੇ ਹੈ, ਆਪਣੇ ਪੈਸ਼ਨਸ ਅਤੇ ਕੁਆਲਿਟੀਜ਼ ਨੂੰ ਕਿਵੇਂ ਪਛਾਣਨਾ ਹੈ, ਲਾਈਫ ਵਿੱਚ ਡੇਲੀ ਕੰਮ ਆਉਣ ਵਾਲੀਆਂ ਇਹਨਾਂ ਸਭ ਸਕਿੱਲਸ ਨੂੰ ਸਿਖਾਉਣ ਦੀ ਬਜਾਏ ਅਲਜੈਬਰਾ ਅਤੇ ਟ੍ਰਿਗਨੋਮੈਟਰੀ ਵਰਗੇ ਟੌਪਿਕਸ 'ਤੇ ਟਾਈਮ ਵੇਸਟ ਕੀਤਾ ਜਾਂਦਾ ਹੈ ਜੋ ਕੁਝ ਸਪੈਸੀਫਿਕ ਏਰੀਆਜ਼ ਨੂੰ ਛੱਡ ਕੇ ਰੀਅਲ ਲਾਈਫ ਵਿੱਚ ਸ਼ਾਇਦ ਹੀ ਕਿਸੇ ਦੇ ਕੰਮ ਆਉਂਦੇ ਹੋਣ। ਸਕੂਲਸ ਮੇਕਸ ਅਸ ਡਿਪੈਂਡੇਬਲ। ਸਕੂਲ ਵਿੱਚ ਐਡਮਿਸ਼ਨ ਲੈਣ ਦਾ ਮਤਲਬ ਹੈ ਕਿ ਨੈਕਸਟ 14-15 ਸਾਲ ਤੱਕ ਬੱਚੇ ਦਾ ਹਰ ਇੱਕ ਐਕਸ਼ਨ ਕੋਈ ਹੋਰ ਡਿਸਾਈਡ ਕਰੂਗਾ। ਕੀ ਪੜ੍ਹਨਾ ਹੈ, ਕਦੋਂ ਪੜ੍ਹਨਾ ਹੈ ਅਤੇ ਕਿੰਨਾ ਪੜ੍ਹਨਾ ਹੈ ਇਹ ਸਭ ਸਾਡੇ ਟੀਚਰਸ ਹੀ ਡਿਸਾਈਡ ਕਰਦੇ ਹੈ। ਇੱਥੋਂ ਤੱਕ ਕਿ ਬੱਚੇ ਵਾਸ਼ਰੂਮ ਵੀ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੇ। ਇਹ ਸਭ ਕੁਝ ਹੱਦ ਤੱਕ ਤਾਂ ਡਿਸਿਪਲਿਨ ਬਣਾਉਣ ਲਈ ਜ਼ਰੂਰੀ ਵੀ ਹੈ, ਪਰ ਇਹਨਾਂ ਸਭ ਦੇ ਸਾਈਡ ਇਫੈਕਟਸ ਬਾਰੇ ਕਦੀ ਵੀ ਗੱਲ ਨਹੀਂ ਕੀਤੀ ਜਾਂਦੀ। ਸਪੈਸ਼ਲੀ ਇੰਡੀਆ ਵਿੱਚ ਤਾਂ ਬੱਚਿਆਂ ਨੂੰ ਟੀਚਰਸ ਦੇ ਲਿਖਾਏ ਆਂਸਰ ਤੋਂ ਇਲਾਵਾ ਆਪਣੀ ਕ੍ਰੀਏਟੀਵਿਟੀ ਨਾਲ ਐਗਜ਼ਾਮ ਵਿੱਚ ਵੀ ਕੁਝ ਲਿਖਣ ਦੀ ਇਜਾਜ਼ਤ ਨਹੀਂ ਹੁੰਦੀ। ਅਤੇ ਜੇ ਬੱਚੇ ਘਰ ਵਿੱਚ ਜਾਂ ਸਕੂਲ ਵਿੱਚ ਆਪਣੀ ਕ੍ਰੀਏਟੀਵਿਟੀ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈ ਤਾਂ ਉਹਨਾਂ ਨੂੰ ਕੁੱਟ ਕੇ ਬਸ ਪੜ੍ਹਨ ਲਈ ਹੀ ਕਿਹਾ ਜਾਂਦਾ ਹੈ। ਰਹਿੰਦੀ ਖੁੰਦੀ ਕਸਰ ਜੇ ਸਕੂਲਸ ਕ੍ਰੀਏਟੀਵਿਟੀ ਦੇ ਨਾਮ 'ਤੇ ਥੋੜ੍ਹਾ ਬਹੁਤ ਜੇ ਕੋਈ ਮਾਡਲ ਜਾਂ ਕ੍ਰਾਫਟ ਅਸਾਈਨਮੈਂਟ ਬਣਾਉਣ ਲਈ ਦਿੰਦੇ ਵੀ ਹੈ ਤਾਂ ਉਹ ਦੁਕਾਨਾਂ 'ਤੇ ਆਮ ਹੀ ਮਿਲ ਜਾਂਦਾ ਹੈ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਕਿਸ ਕਲਾਸ ਨੂੰ ਕਿਸ ਤਰ੍ਹਾਂ ਦਾ ਮਾਡਲ ਚਾਹੀਦਾ ਹੈ ਅਤੇ ਪੇਰੈਂਟਸ ਆਪ ਜਾ ਕੇ ਬੱਚਿਆਂ ਲਈ ਉਹ ਮਾਡਲ ਖਰੀਦਦੇ ਹਨ, ਨਾ ਕਿ ਉਹਨਾਂ ਨੂੰ ਖੁਦ ਬਣਾਉਣ ਲਈ ਮੋਟੀਵੇਟ ਕਰਦੇ ਹਨ। ਸਕੂਲਸ ਤੋਂ ਬਾਅਦ ਕਾਲਜ ਵਿੱਚ ਵੀ ਆਰਡਰ ਮੰਨਣ ਦਾ ਇਹ ਪ੍ਰੋਸੈਸ ਅਗਲੇ 4-5 ਸਾਲਾਂ ਤੱਕ ਐਵੇਂ ਹੀ ਚੱਲਦਾ ਰਹਿੰਦਾ ਹੈ ਅਤੇ ਜਦੋਂ ਤੱਕ ਬੱਚਾ ਗ੍ਰੈਜੂਏਸ਼ਨ ਕੰਪਲੀਟ ਕਰਦਾ ਹੈ ਤਾਂ ਉਸਨੂੰ ਆਰਡਰ ਫੋਲੋ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਰੀਅਲ ਲਾਈਫ ਵਿੱਚ ਪਹੁੰਚਣ 'ਤੇ ਆਪਣੀ ਕ੍ਰੀਏਟੀਵਿਟੀ ਨਾਲ ਕੁਝ ਵੀ ਕਰਨਾ ਉਸਨੂੰ ਬਹੁਤ ਜ਼ਿਆਦਾ ਔਖਾ ਮਹਿਸੂਸ ਹੁੰਦਾ ਹੈ ਅਤੇ ਫਿਰ ਉਹ ਕੰਫਰਟ ਜ਼ੋਨ ਵਿੱਚ ਰਹਿ ਕੇ ਹੀ ਕੋਈ ਜੌਬ ਕਰਨੀ ਸ਼ੁਰੂ ਕਰ ਦਿੰਦਾ ਹੈ ਜਿੱਥੇ ਪੂਰੀ ਜ਼ਿੰਦਗੀ ਉਸਨੂੰ ਆਰਡਰ ਦੇਣ ਦਾ ਕੰਮ ਉਸਦਾ ਬੌਸ ਕਰਦਾ ਹੈ। ਕੁੱਲ ਮਿਲਾ ਕੇ ਸਾਡਾ ਐਜੂਕੇਸ਼ਨ ਸਿਸਟਮ ਚੰਗੇ ਲੀਡਰਸ ਨਹੀਂ ਸਗੋਂ ਚੰਗੇ ਕਰਮਚਾਰੀ ਅਤੇ ਨੌਕਰ ਤਿਆਰ ਕਰਨ ਦਾ ਕੰਮ ਕਰ ਰਿਹਾ ਹੈ। ਇਸੇ ਲਈ ਹੀ ਰੀਅਲ ਲਾਈਫ ਵਿੱਚ ਸਕਸੈਸਫੁਲ ਹੋਣ ਵਾਲੇ ਮੋਸਟਲੀ ਲੀਡਰਸ ਸਕੂਲ ਅਤੇ ਕਾਲਜ ਸਿਸਟਮ ਵਿੱਚ ਫਿੱਟ ਨਹੀਂ ਬੈਠਦੇ। ਬਟ ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਅੱਜ ਦੀ ਅੱਜ ਤਾਂ ਇਸ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ ਤਾਂ ਫਿਰ ਉਹ ਕੀ ਸੀਕਰੇਟ ਹੈ ਜਿਸ ਕਾਰਨ 99% ਲੋਕ ਇਸ ਰੈਟ ਰੇਸ ਵਿੱਚ ਫਸ ਕੇ ਆਪਣੀ ਪੂਰੀ ਲਾਈਫ ਬਿਤਾ ਦਿੰਦੇ ਹੈ ਬਟ ਕੁਝ ਸਪੈਸ਼ਲ ਲੋਕ ਕੁਝ ਇੱਕ ਸਾਲਾਂ ਵਿੱਚ ਹੀ ਵੱਡੇ ਵੱਡੇ ਇੰਪਾਇਰ ਖੜ੍ਹੇ ਕਰ ਦਿੰਦੇ ਹਨ ਅਤੇ ਅਸੀਂ ਕਿਵੇਂ ਇਹਨਾਂ 99% ਤੋਂ ਅਲੱਗ ਨਿਕਲ ਕੇ ਉਹਨਾਂ 1% ਸਪੈਸ਼ਲ ਲੋਕਾਂ ਵਿੱਚ ਸ਼ਾਮਿਲ ਹੋ ਸਕਦੇ ਹਾਂ। ਇਸ ਸੀਕਰੇਟ ਨੂੰ ਮੈਂ ਆਪਣੇ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਅੱਜ ਦੇ ਲਈ ਇਸ ਵੀਡੀਓ ਰਾਹੀਂ ਸਾਡਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਕਿ ਸਾਨੂੰ ਜੌਬ ਨਹੀਂ ਕਰਨੀ ਚਾਹੀਦੀ ਜਾਂ ਜੌਬ ਕਰਨਾ ਗਲਤ ਹੈ। ਜੌਬ ਨੂੰ ਤਾਂ ਅਸੀਂ ਸਿਰਫ ਐਜ਼ ਐਨ ਐਗਜ਼ਾਮਪਲ ਹੀ ਲਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਆਪਣੇ ਦੇਸ਼ ਦੀ ਤਰੱਕੀ ਹੁੰਦੇ ਹੋਏ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਨੈਕਸਟ ਜਨਰੇਸ਼ਨ ਨੂੰ ਆਂਕੜਿਆਂ ਦਾ ਰੱਟਾ ਲਵਾਉਣ ਦੀ ਥਾਂ ਉਹਨਾਂ ਨੂੰ ਕ੍ਰੀਏਟਿਵ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਟੈਲੈਂਟਡ ਅਤੇ ਜੀਨੀਅਸ ਲੋਕਾਂ ਦੀ ਕੋਈ ਕਮੀ ਨਹੀਂ ਹੈ, ਕਮੀ ਤਾਂ ਬਸ ਉਹਨਾਂ ਟੈਲੈਂਟਡ ਅਤੇ ਕ੍ਰੀਏਟਿਵ ਲੋਕਾਂ ਨੂੰ ਅੱਗੇ ਲਿਆਉਣ ਦੀ ਹੈ। ਆਖਿਰ ਕਦੋਂ ਤੱਕ ਅਸੀਂ ਕਿਸੇ ਵੀ ਨਵੀਂ ਟੈਕਨੋਲੋਜੀ ਲਈ ਦੂਜੇ ਦੇਸ਼ਾਂ ਦਾ ਮੂੰਹ ਤੱਕਦੇ ਰਵਾਂਗੇ? ਕਦੋਂ ਤੱਕ ਦੂਜੇ ਦੇਸ਼ਾਂ ਤੋਂ ਅਰਬਾਂ ਰੁਪਈਆਂ ਵਿੱਚ ਰਫੇਲ ਅਤੇ S-400 ਖਰੀਦ ਕੇ ਮਾਣ ਮਹਿਸੂਸ ਕਰਦੇ ਰਵਾਂਗੇ? ਆਪ ਕਦੋਂ ਬਣਾ ਕੇ ਦੂਜੇ ਦੇਸ਼ਾਂ ਨੂੰ ਵੇਚਾਂਗੇ? ਜੇ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼, ਕਿਉਂਕਿ ਸਾਡੀ ਮਿਹਨਤ ਦੀ ਮਜ਼ਦੂਰੀ ਸਿਰਫ ਅਤੇ ਸਿਰਫ ਤੁਹਾਡੇ ਹੀ ਹੱਥ ਵਿੱਚ ਹੈ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।